विधानसभा हलका तरनतारन विखे 35 पंचायतों ने सारिया सियासी पार्टियां तो नाता तोड़ लिया है। उन्होंने आजाद मोर्चा बनाया है जो नशिया समाजिक बुराइया और आपसी भाईचारक सांझ लई काम करेगा। तरन तारण के पिंड घूमण विखे मोर्चे वालों एक बड़ा इकट्ठ करके ऐलान किया गया। उन्होंने कहना है कि आजाद मोर्चा का कामकाज चलाने के लिए 20 मैंबरी कमेटी का गठन किया गया है। इन आगुआ का कहना है कि उन्होंने किसी भी सियासी पार्टी के नाल संबंध नहीं है। यह मोर्चा नशिया समाजिक बुराइया खिलाफ लड़ाई लड़ेगा तो चोणों में बिना लालच उस उम्मीदवार को वोट पाई जाएगी जो साफ सुथरे किरदार का होगा अते लोकां दे दुख सुख विच भाईवाल होण दे नाल नाल समाजिक बुराइयां दा खात्मा करेगा। असी जिहड़ी अपने सारे परिवारक भाईचारक जिहड़ा ग्रुप असी बनाया तैयार कीता जिहदा नां आजाद ग्रुप रख्या ते इहदे विच जिन्ने भी मैंबर साडे 35 ते 36 जिहड़े पिंड आ उहनां दे मोहतबर बंदे जिहड़े इकट्ठे होए इहदे विच जी उहदे विचों असी 20 मैंबरी कमेटी इक चुणी आ उह सारे फैसले करूगी जी ते जिहड़ा भी बंदा चंगी छवी वाला चंगा उम्मीदवार होगा चंगी पार्टी नूं बिलोंग करदा होगा जिहड़ा लोकां दा भला करन वाली होवे असीं उहदा साथ देवांगे। किसान जथेबंदियां भी तुहाडे नाल हैगियां? कुछ किसान जथेबंदियां साडे नाल सहमत है जी, साडे काफी बंदे किसान जथेबंदियां संबंधित है। किहो जिहा उम्मीदवार तुसीं चाहुंदे जो जिहड़ा होवे? असीं उह उम्मीदवार चाहुंदे आ जी जिहड़े लोकां दी सेवा वास्ते तत्पर रहे ते हर वेले लोकां दे नाल सहमत रहे। इह ना होवे वी वोटां लै के ते उम्मीदवार बन के ते कैंडीडेट बन के ते उह चले जाए। असीं ਭਾਈਚਾਰਕ ਸਾਂਝ ਸਮੈਕ ਦੇ ਵਿਰੁੱਧ ਤੇ ਧੱਕੇਸ਼ਾਹੀ ਦੇ ਵਿਰੁੱਧ ਬਹੁਤ ਧੱਕੇ ਹਲਕੇ ਚ ਹੋਏ ਆ। ਨਜਾਇਜ਼ ਲੋਕਾਂ ਦੇ ਪਰਚੇ ਹੁੰਦੇ, ਕਈ ਕੁਛ ਹੁੰਦਾ, ਇਹਨਾਂ ਨੂੰ ਨੱਪੀ ਆਉਂਦੇ ਜਿਹੜੇ ਸਿਆਸੀ ਜਿੱਤੇ ਆ। ਅਸੀਂ ਕਿਸੇ ਵੀ ਨਾ ਪਾਰਟੀ ਦੇ ਹੱਕ ਚ ਨਾ ਵਿਰੋਧ ਚ ਆ। ਸਾਡੀ ਜਿਹੜੀ ਕਮੇਟੀ ਅੱਜ ਅਨਾਊਂਸ ਹੋਣੀ ਆ, ਸਾਡੇ ਗਰੁੱਪ ਦਾ ਜਿਹੜਾ ਨਾਂ ਅੱਜ ਅਨਾਊਂਸ ਹੋਣਾ ਹੈ, ਉਹਨਾਂ ਨੇ ਆਪਣੀ ਸਹਿਮਤੀ ਦੇ ਵਿੱਚ ਜਦੋਂ ਸਾਰੇ ਉਮੀਦਵਾਰ ਮੈਦਾਨ ਚ ਆ ਜਾਂਦੇ ਆ, ਜਦੋਂ ਵੀ ਕੋਈ ਇਲੈਕਸ਼ਨ ਆਵੇ ਜਦੋਂ ਸਾਰੇ ਉਮੀਦਵਾਰ ਮੈਦਾਨ ਚ ਆ ਜਾ ਕਰਾਂਗੇ, ਉਦੋਂ ਉੱਤੇ ਵਿਚਾਰ ਹੋਇਆ ਕਰੂਗਾ ਨਾ ਕਿ ਅਸੀਂ ਉਹਦੇ ਨਾਲ ਹਾਂ। ਉਹਦੀ ਸਿਰਫ ਵੋਟਾਂ ਪਾਉਣ ਤੱਕ ਅਸੀਂ ਹੁੰਦਾ ਕਿ ਪੂਰਾ ਗਰੁੱਪ ਜਿਹੜੀ ਵੋਟ ਇੱਕ ਥਾਂ ਪਾਊਗਾ ਤੇ ਜੇ ਗਾਹ ਸਾਨੂੰ ਠੀਕ ਲੱਗੂਗਾ ਤਾਂ ਉਹਦਾ ਚੱਲਾਂਗੇ, ਅਦਰਵਾਈਜ਼ ਅਸੀਂ ਕਿਸੇ ਪਾਰਟੀ ਦੀ ਮੋਹਰ ਨਹੀਂ ਲਵਾਵਾਂਗੇ। ਆਹ ਵੇਖਿਆ ਜਾਏ ਉਮੀਦਵਾਰ ਬਿਲਕੁਲ ਵਿਰੋਧ ਕਰਕੇ ਠੋਕ ਕੇ ਕਰਾਂਗੇ। ਦੇਖੋ ਜੀ, ਇਹ ਜਿਵੇਂ ਇਲੈਕਸ਼ਨ ਆਉਣ ਵਾਲੀਆਂ ਲੱਖਾਂ ਦਾ ਮੁੰਡਾ, ਅਸੀਂ ਕੋਈ ਤੁਹਾਨੂੰ 35-36 ਸਰਪੰਚ ਅਸੀਂ ਇਕੱਠੇ ਹੋਏ ਹਾਂ, ਏਕਤਾ ਕੀਤਾ ਵਾ। ਅਜੇ ਤਾਂ ਪਹਿਲਾਂ ਵੀ ਅਸੀਂ ਕਦੀ ਨਾ ਕਦੀ ਕਿਸੇ ਤੋਂ ਤੇਲ ਪਵਾਇਆ, ਨਾ ਕਦੀ ਕਿਸੇ ਤੋਂ ਸ਼ਰਾਬ ਲਈ ਆ। ਅੱਗੇ ਤੋਂ ਵਾਸਤੇ ਨਾ ਸ਼ਰਾਬ ਵੰਡਣ ਦੇ ਬਰਖਲਾਫ ਨਹੀਂ ਹੋਵਾਂਗੇ, ਪੈਸੇ ਦੇਣ ਦੇ ਬਰਖਲਾਫ ਹੋਵਾਂਗੇ। ਆਪਣੀ ਇਮਾਨਦਾਰੀ ਨਾਲ ਲੋਕੀ ਵੋਟਾਂ ਪਾਉਣ, ਆਪਣੀ ਇਮਾਨਦਾਰੀ ਨਾਲ ਧੱਕਾ ਨਹੀਂ ਹੁੰਦਾ, ਆਪਣੀ ਇਮਾਨਦਾਰੀ ਨਾਲ ਜਿੱਤ ਪ੍ਰਾਪਤ ਕਰੂਗਾ। ਕਿਹੋ ਜਿਹਾ ਉਮੀਦਵਾਰ ਚਾਹੁੰਦੇ ਤੁਸੀਂ? ਅਸੀਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਹੋਵੇ। ਇਹ ਥੋੜੀ ਆ ਵੀ ਆਪਦੇ ਘਰ ਪਰੀ ਆ ਤਾਂ ਕਿਸੇ ਨੂੰ ਪੁੱਛੇ ਕੋਈ ਨਾ। ਲੋਕਾਂ ਜੋ ਸਾਡਾ ਸਹੀ ਹੱਕ ਹੁੰਦਾ, ਲੋਕਾਂ ਦੇ ਪਿੰਡਾਂ ਦੇ ਵਿੱਚ ਬਰਾਂਡਾਂ ਦਿੱਤੀਆਂ, ਹਰ ਕਾਰੋਬਾਰ ਹੋਵੇ ਚੰਗੇ ਤਰੀਕੇ ਨਾਲ, ਅਸੀਂ ਉਹਦੇ ਸਹਿਮਤ। ਜਿੰਨੇ ਪਿੰਡ ਤੁਹਾਡੇ ਨਾਲ ਸਾਰੇ ਵਾਸਤੇ ਇੱਕ ਥਾਂ ਦੇ ਵੋਟ ਪਾਉਣਗੇ? ਇੱਕ ਥਾਂ ਦੇ ਪਾਉਣਗੇ, ਜਿੰਨਾ ਜਿਹੜਾ ਆਪੋ ਆਪਣਾ ਧੜਾ ਜਿੰਨਾ ਵੱਧ ਤੋਂ ਵੱਧ ਲੈ ਕੇ ਅਸੀਂ ਤੁਰੇ, ਬਾਕੀ ਸਭ ਤੋਂ ਹੀ ਵੇਚ ਲਈਏ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬੱਸ ਕਰੋ, ਪੜ ਵੀ ਲਾਓ ਹੁਣ। ਯੈਸ ਚੀਟਰ 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 ਝੂਠਾ ਕਿਸੇ ਥਾਂ ਦਾ ਐਵੇਂ ਚੀਟਿੰਗ ਕਰਕੇ ਜਿੱਤਦਾ ਰਹਿੰਦਾ। ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ। ਉਹ ਆ ਤਾਂ ਝੂਠੀਆਂ ਕਸਮਾਂ ਖਾਈ ਜਾਂਦਾ ਹੈ। ਧੋਖੇਬਾਜ਼ ਕਿਸੇ ਥਾਂ ਦਾ ਪਾਪ ਲੱਗੂ ਪਾਪ। ਉਹ ਕੱਪੂ, ਤੂੰ ਐਵੇਂ ਇੰਨੀਆਂ ਝੂਠੀਆਂ ਸੌਂ ਕਿਉਂ ਖਾਈ ਜਾਂਦਾ? ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਭੀੜ ਹੋ ਗਈ। ਆਹ ਸਰਕਾਰ ਨੇ ਇੰਨੀਆਂ ਸੋਹਾਂ ਖਾਦੀਆਂ, ਵਾਅਦੇ ਕੀਤੇ, ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ। ਮੇਰਾ ਵੀਰਾ ਹੁਣ ਵੀ ਧੱਕੇ ਖਾਉਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸੌ ਖਾਦੀ ਸੀ ਇਹਨਾਂ ਨੇ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸੌ ਹੋ ਗਏ, ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?